ਮੇਰੀ ਕਿਰਾਂ ਦਰਬਾਰ ਸਾਹਿਬ ਵੀ ਇਸ ਗੱਲ ਦੇ ਉੱਤੇ ਬਹਿਸ ਬਸਾਈ ਹੋ ਗਈ ਸੀਗੀ। ਅਸੀਂ ਮੱਥਾ ਟੇਕਣ ਗਏ ਸੀ ਤਾਂ ਉੱਥੇ ਜਿਹੜਾ ਦੁੱਧ ਦੇ ਨਾਲ ਫਰਸ਼ ਧੋਂਦੇ ਆ ਤਾਂ ਮੇਰੀ ਉੱਥੇ ਖਾਲਸਾ ਖੜਾ ਸੀ, ਉਹਦੇ ਨਾਲ ਵੀ ਇਸ ਗੱਲੋਂ ਬਹਿਸ ਹੋ ਗਈ ਸੀਗੀ। ਮੈਂ ਯਾਰ ਇਹ ਕਿਉਂ ਕਰਦੇ ਹੋ? ਤਾਂ ਉਹ ਕਹਿੰਦਾ ਬਾਈ ਜੀ ਮੇਰੇ ਨਾਲ ਨਾ ਗੱਲ ਕਰ, ਇਹ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲ ਕਰ ਲਾ ਜਾਂ ਅਕਾਲਤਾ ਸਾਹਿਬ ਜਥੇਦਾਰ ਨਾਲ ਗੱਲ ਕਰ, ਮੈਨੂੰ ਨਹੀਂ ਪਤਾ। ਕੈਸੀ ਤੇਰੀ ਮੱਤ ਲੋਕਾ, ਕੈਸੀ ਤੇਰੀ ਬੁੱਧਿਆ, ਪੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧਿਆ, ਮੁੱਕੀਆਂ ਤੇ ਪੱਥਰਾਂ ਨੂੰ, ਉਹ ਜੇ ਮੈਂ ਸੱਚ ਬੋਲਦਾ ਬੋਲਿਆ ਤੇ ਮੱਚ ਜਾਣਾ ਜੁੱਧਿਆ, ਗਰੀਬੜੇ ਦੀ ਸ਼ੋ ਮਾੜੀ ਗਊਦਾ ਮੂਤ ਛੁੱਧਿਆ, ਧਰਮ ਦੇ ਠੇਕੇਦਾਰ ਨੇ ਜਿਨ੍ਹਾਂ ਨੂੰ ਇਹ ਗੱਲਾਂ ਹਜ਼ਮ ਨਹੀਂ ਹੁੰਦੀਆਂ ਕਿ ਸਾਡੀ ਦੁਕਾਨਦਾਰੀ ਜਿਨ੍ਹਾਂ ਦੀ ਇਸ ਪਖੰਡ ਦੇ ਨਾਂ 'ਤੇ ਚੱਲਦੀ ਆ ਉਹਦੇ ਉੱਤੇ ਕਿੰਤੂ ਹੋਇਆ, ਉਹਦੇ 'ਤੇ ਆਵਾਜ਼ ਚੱਕੀ ਗਈ ਹੈ, ਨਾ ਕਿ ਕਿਸੇ ਧਰਮ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰਪਿਆਰੇ ਤੁਸੀਂ ਸਭ ਖੂਬੀ ਜਾਣਦੇ ਹੋ ਕਿ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਨਵੇਂ ਗਾਣੇ ਦੇ ਵਿੱਚ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ, ਗਊ ਅਤੇ ਗਰੀਬ ਨੂੰ ਲੈ ਕੇ ਕੁਝ ਅਜਿਹੀਆਂ ਗੱਲਾਂ ਕਹੀਆਂ ਗਈਆਂ ਜੋ ਕੁਝ ਲੋਕਾਂ ਦੇ ਗਲੋਂ ਥੱਲੇ ਨਹੀਂ ਉਤਰੀਆਂ, ਕਿਉਂਕਿ ਸੱਚ ਹਮੇਸ਼ਾ ਹਰ ਕਿਸੇ ਨੂੰ ਕੌੜਾ ਹੀ ਲੱਗਦਾ ਹੈ। ਤੇ ਇਹ ਸਿਰਫ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਇੱਕ ਕੌੜਾ ਸੱਚ ਹੈ ਕਿ ਅੱਜ ਅਸੀਂ ਪੱਥਰਾਂ ਨੂੰ ਪੂਜ ਪੂਜ ਕੇ ਤਾਂ ਰੱਬ ਬਣਾ ਲਿਆ ਹੈ, ਪਰ ਇਨਸਾਨਾਂ ਨੂੰ ਅਸੀਂ ਇਨਸਾਨ ਹੀ ਨਹੀਂ ਸਮਝਦੇ, ਉਹਨਾਂ ਦੀ ਜ਼ਿੰਦਗੀ ਪੱਤ ਤੋਂ ਪੱਤਰ ਕਰ ਦਿੱਤੀ ਹੈ। ਤੇ ਧਰਮ ਦੇ ਨਾਮ ਦੇ ਉੱਤੇ ਚੋਲੇ ਪਾ ਕੇ ਕਿਤਨਾ ਕਿਤੇ ਘਟੀਆ ਸਿਆਸਤਾਂ ਚੱਲਦੀਆਂ ਨੇ, ਦੁਕਾਨਦਾਰੀਆਂ ਚੱਲਦੀਆਂ ਨੇ। ਆਖਿਰ ਇਸ ਸਾਰੇ ਮਸਲੇ ਉੱਤੇ ਕੀ ਕਹਿ ਰਹੇ ਨੇ ਲੱਖਾ ਸਦਾਣਾ, ਮਾਰਦੇ ਇੱਕ ਨਜ਼ਰ। ਹਾਂਜੀ, ਸਾਰੇ ਧਰਮਾਂ ਦਾ ਸਤਿਕਾਰ ਆ, ਸਤਿ ਸ਼੍ਰੀ ਅਕਾਲ, ਅਦਾਬ ਅਤੇ ਨਮਸਕਾਰ ਆ। ਗੱਲ ਅੱਜ ਆਪਾਂ ਪੰਜਾਬੀ ਉਹ ਕਰਨੀ ਆ ਕਿ ਜਿਹੜਾ ਗੀਤ ਬਾਵੇ ਨੇ ਗਾਇਆ ਉਹਦੇ ਦੋ ਬੋਲ ਦੋ ਲਾਈਨਾਂ ਜਿਹੜੀਆਂ ਉਹ ਤੁਹਾਨੂੰ ਮੈਂ ਸੁਣਾਈਆਂ, ਜਿਹਦੇ ਵਿਵਾਦ ਹੋਇਆ ਕਿ ਪਤਾ ਲੱਗਿਆ ਕਿ ਬਾਵੇ ਦੇ ਉੱਪਰ ਜਿਹੜਾ ਉਹ ਮੁਕੱਦਮਾ ਦਰਜ ਕੀਤਾ ਗਿਆ, ਜਿਹੜਾ ਧਰੀ ਪੂਨ ਜਾਵੇ ਬਾਵੇ ਉੱਪਰ ਮੁਕੱਦਮਾ ਦਰਜ ਹੋਇਆ, ਬਟਾਲੇ ਦੇ ਵਿੱਚ ਸੁਣਿਆ ਕਿ ਬਾਵੇ ਦੇ ਉੱਪਰ FIR ਦਰਜ ਹੋਈ ਆ। ਤਾਂ ਮੈਂ ਇਸ ਮਸਲੇ 'ਤੇ ਗੱਲ ਕਹਿਣੀ ਚਾਹੁੰਦਾ। ਮੈਂ ਦੇਖੋ ਕਿਸੇ ਵੀ ਬੰਦੇ ਦੀ ਕੋਈ ਵੀ ਐਡੀ ਹੈਸੀਅਤ ਨਹੀਂ ਹੁੰਦੀ ਕਿ ਉਹ ਕਿਸੇ ਧਰਮ ਦੇ ਕਿੰਤੂ ਕਰ ਸਕਦਾ ਹੋਵੇ। ਸਾਰੇ ਧਰਮ ਨੇ ਜਿਹੜੇ ਉਹ ਪੂਰੀ ਮਨੁੱਖਤਾ ਦੀ ਮਾਨਵਤਾ ਦੀ ਭਲਾਈ ਦੀ ਗੱਲ ਕਰਦੇ ਨੇ, ਏਕੇ ਦੀ ਗੱਲ ਕਰਦੇ ਨੇ, ਭਾਈਚਾਰੇ ਦੀ ਗੱਲ ਕਰਦੇ ਨੇ, ਪਰ ਹਰ ਚੀਜ਼ ਨੂੰ ਧਰਮ ਦੇ ਨਾਲ ਜੋੜ ਦੇਣਾ, ਦੇਖੋ ਅਸਲ ਤਾਂ ਇਹ ਰੌਲਾ ਹੈਗਾ ਜਿਹੜਾ ਇਹ ਪਖੰਡ ਜਿਹੜਾ ਕਿੰਤੂ ਹੋ ਰਿਹਾ ਉਹ ਪਖੰਡ ਦੇ ਖਿਲਾਫ ਹੋ ਰਿਹਾ। ਉਹ ਜਿਹੜੇ ਧਰਮ ਦੇ ਠੇਕੇਦਾਰ ਨੇ ਜਿਨ੍ਹਾਂ ਨੂੰ ਇਹ ਗੱਲਾਂ ਹਜ਼ਮ ਨਹੀਂ ਹੁੰਦੀਆਂ ਕਿ ਸਾਡੀ ਦੁਕਾਨਦਾਰੀ ਜਿਨ੍ਹਾਂ ਦੀ ਇਸ ਪਖੰਡ ਦੇ ਨਾਂ 'ਤੇ ਚੱਲਦੀ ਆ ਉਹਦੇ ਉੱਤੇ ਕਿੰਤੂ ਹੋਇਆ, ਉਹਦੇ 'ਤੇ ਆਵਾਜ਼ ਚੱਕੀ ਗਈ ਹੈ, ਨਾ ਕਿ ਕਿਸੇ ਧਰਮ 'ਤੇ। ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਕਿ ਇਹਦੇ ਵਿੱਚ ਪਹਿਲਾ ਸ਼ਬਦ ਆਇਆ ਹੈਗਾ ਕਿ ਗਰੀਬੜੇ ਦੀ ਸ਼ੋਅ ਮਾੜੀ ਅਤੇ ਗਊ ਦਾ ਮੂਤ ਸ਼ੁੱਧ ਆ, ਜਿੱਥੋਂ ਜ਼ਿਆਦਾ ਮੈਨੂੰ ਲੱਗਦਾ ਕਿ ਇਹ ਗੱਲ ਭੜਕੀ ਹੈ। ਫਿਰ ਅਗਲੀ ਗੱਲ ਕਕਾਰਾਂ ਦੀ ਆਈ ਹੈ, ਉਹ ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜੇ ਬਣਾਏ ਗਏ ਗੋਤਾਂ ਦੇ ਆਧਾਰਿਤ ਗੁਰਦੁਆਰੇ ਨੇ ਉਹਨਾਂ ਦੀ ਗੱਲ ਆਈ। ਪਹਿਲੀ ਮੈਂ ਗੱਲ ਕਰਨੀ ਚਾਹੁੰਦਾ ਕਿ ਇਸ ਗੱਲ ਦੇ ਉੱਤੇ ਬੜਾ ਵਿਵਾਦ ਹੈ, ਬਹੁਤ ਵੱਡੇ ਜਿਹੜੇ ਨੇਤਾ ਨੇ ਇਸ ਦੇਸ਼ ਦੇ ਉਹ ਰੋਜ਼ ਇਹ ਬਿਆਨ ਦਿੰਦੇ ਆ ਕਿ ਗਾਂ ਦਾ ਮੂਤ ਪੀਣ ਦੇ ਨਾਲ ਜਾਂ ਗੋਹੇ ਦਾ ਜਿਹੜਾ ਆਪਾਂ ਲੇਪ ਕਰ ਲਈਏ ਗਾਂ ਦੇ ਦਾ ਤਾਂ ਉਹਦੇ ਨਾਲ ਜਿਹੜਾ ਬਿਮਾਰੀਆਂ ਠੀਕ ਹੋ ਜਾਂਦੀਆਂ। ਪਰ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਉਣਾ, ਉਹ ਦੂਜੀ ਵੀਡੀਓ ਕੱਢ ਕਿ ਜਦੋਂ ਕੋਈ ਪੱਤਰਕਾਰ ਇਹਨਾਂ ਨੇਤਾ ਲੋਕ ਨੂੰ ਘੇਰ ਲੈਂਦਾ, ਸਵਾਲ ਪੁੱਛਦੇ ਨੇ ਕਿ ਭਾਈ ਆਹ ਤੁਸੀਂ ਰੋਜ਼ ਬਿਆਨ ਦਿੰਦੇ ਆ ਭਾਈ ਗਾਂ ਦਾ ਮੂਤ ਪੀਓ, ਗਾਂ ਦਾ ਮੂਤ ਪੀਣਾ ਚਾਹੀਦਾ, ਅਤੇ ਜਦੋਂ ਇਹਨਾਂ ਨੂੰ ਕੋਈ ਪੱਤਰਕਾਰ ਘੇਰ ਕੇ ਪੁੱਛਦਾ ਸਵਾਲ ਭਾਈ ਸਾਡੇ ਕੋਲ ਗਾਂ ਦਾ ਮੂਤ ਹੈ,
कि तुसी पियोगे आप सुनो तुसी किसी पत्रकार ने इन्हां नेता नूं घेर के पुछिया मेरे को लगता है कि मैं बिल्कुल सच है कि गाय के गोमूत्र से काफी कुछ जो है बीमारियां दूर होने का संभव है। मतलब आपने एक्सपीरियंस किया है ऐसा? बहुत सारे कैमरे वालों ने एक्सपीरियंस किया है ऐसा? जी हाँ जी बिल्कुल, मेरा ये पर्सनल एक्सपीरियंस है। सिर्फ आपके पर्सनल एक्सपीरियंस को एक और एक्सपीरियंस बनाने के लिए हम अपने साथ में गोमूत्र लेकर आए हैं। कहे कि आप लोगों का ख्याल रखना होता है, तो ये गोमूत्र है हमारे पास में, ये गोमूत्र है, आप इसकी बस चार बूंद पी लीजिए। देखिए पीने ये तो पकड़ हाँ जी मैं बिल्कुल पकड़ सकता हूँ। आप दो चार बार ऐसे हाथ में लेके ऐसे ऐसे खुद पर छिड़क लीजिए। मुझे इतना करके दिखा दिया, आप तो एक्सपीरियंस कर चुके। देखिए ये करके नहीं दिखा रहा, अभी मैं जो है किस मूड से आया था मैं। अच्छा, इसके लिए मूड होता है क्या? इसके लिए मूड होता है क्या? नहीं होता, ये जो चीज मैंने आपसे बताया करेंगे, करेंगे कि नहीं करेंगे? अच्छा चलिए बता दीजिए कैमरे को, आपने एक्सपीरियंस किया? मैं ये एक्सपीरियंस किया था नहीं कर सकता हूं मैं। नो थैंक यू, नो कमेंट सर। आ हुण तुसीं देख लिया भी जदों रोज ये गल्लां करदे आ वी गां दा मूत पीण नाल लेप करन नाल गोहे दा बीमारियां ठीक हुंदियां ने, जदों पत्रकार कहिंदे आ कि पी के दिखा उदों बंदा भज जांदा। तां मैं इन्हां नूं कहना चाहुंदा कि मैं तुहानूं इक चुनौती दिंदा, जिहड़े बंदे इह गल कहिंदे अज वी कि गां दा मूत पीण नाल जां गोहा मल नाल बीमारियां ठीक हुंदियां, जदों मैं इह नहीं कहिंदा कि तुसीं बीमार होवो, परमात्मा तुहानूं तंदरुस्ती बख्शे, पर जदों मैं कहना कि कोई खुदा ना खास्ता कोई बीमारी सानूं आके चुंबड़ जाए, तुहाडे परिवार नूं चुंबड़ जाए, तो उदों तुसीं किसे डाक्टर कोले नहीं जाना, किसी हस्पताल नहीं जाना, तो उदों तुसीं गां दा मूत पी के जां आह जिहड़ा गोहे दा लेप करके दिखाउणा कि भाई असीं इहदे नाल ठीक होवांगे। तुसीं इह साबित कर दिओ, मैं तुहाडे मुताबिक चलूँगा, जो तुसीं कहोगे मैं उह करन तैयार हूँ, मैं तुहाडे हक 'च खड़ के आवाज़ बुलंद करूँगा, प्रचार करूँगा कि भाई गां दा मूत पीना चाहीदा ते गां दा गहू का जिहड़ा गोहा का लेप भी करना चाहिए। पर एडे एडे रिसर्च सेंटर खोज केंद्र खोले हुए हैं जिथे खोजा होंदिया ने, दवाइया बनदिया ने, एडे एडे हस्पताल आ दुनिया पूरे भारत के पूरी दुनिया के लखां रुपया तनखाह दित्तियां जांदियां ने डाक्टरां नूं, करोड़ां रुपया एडिया एडिया बिल्डिंगा खड़िया कीतिया गई, इमारत खड़िया कीतिया गई ने, तो फिर सारा कुछ बंद कर देना चाहिए, लोड़ ही नहीं इन्हां कम्मां दी। ਆਪਾਂ ਸਾਰੀ ਆਪਾਂ ਜੇ ਇਸ ਨਾਲ ਹੀ ਆਪਣਾ ਮਸਲਾ ਹੱਲ ਹੁੰਦਾ। ਸੋ ਦੂਜੀ ਗੱਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਅੱਜ ਜਿਹੜੇ ਧਰਮ ਦੇ ਠੇਕੇਦਾਰ ਆ ਇਹ ਚੜ੍ਹੇ ਆਏ ਹੁਣ ਆ ਕੇ ਬਾਵੇ 'ਤੇ ਚੜ੍ਹ ਗਏ ਆ ਕੇ ਕਿ ਪਰਚਾ ਦਰਜ ਕਰਾਵਾਂਗੇ ਨਹੀਂ ਮਾਫੀ ਮੰਗ, ਕਿਹੜੀ ਗੱਲ ਉਹਨੇ ਗਲਤ ਕਹੀ ਹੈ ਦੱਸੋ। ਫਿਰ ਤੁਹਾਡੀ ਇੱਕ ਗੱਲ ਹੋਰ ਸੁਣ ਲਓ, ਪਿੱਛੇ ਇੱਕ ਫਿਲਮ ਆਈ ਸੀ ਓ ਮਾਈ ਗੋਡ, ਜਿਹ 'ਚ ਪਰੇਸ਼ ਰਾਵਲ ਅਤੇ ਅਕਸ਼ੇ ਕੁਮਾਰ ਦਾ ਰੋਲ ਸੀਗਾ। ਪਰੇਸ਼ ਰਾਵਲ ਨੇ ਸਾਰੀ ਫਿਲਮ ਦੇ ਵਿੱਚ ਐਂ ਨੰਗੇ ਕਰਕੇ ਰੱਖਤੇ ਸੀ ਸਾਰੇ ਧਰਮਾਂ ਦੇ ਠੇਕੇਦਾਰਾਂ ਨੂੰ, ਪੱਖੀਆਂ ਦੇ ਹਿੜਤੀਆਂ ਸੀ ਸਾਰੇ ਪਖੰਡਾਂ ਨੂੰ, ਐਂ ਉਜਾਗਰ ਕਰਤਾ ਸੀ ਉਹਨੇ। ਫਿਰ ਪੀ ਕੇ ਫਿਲਮ ਆਈ ਆਮਿਰ ਖਾਨ ਦੀ, ਉਹਦੇ 'ਚ ਵੀ ਇਹੀ ਦਿਖਾਇਆ ਗਿਆ। ਉਹ ਫਿਲਮਾਂ ਸੁਪਰ ਡੁਪਰ ਹਿੱਟ ਰਹੀਆਂ ਨੇ, ਉਹਨਾਂ ਨੂੰ ਦੇਖਣ ਵਾਲੇ ਕੌਣ ਲੋਕ ਸੀ, ਉਹਨਾਂ ਨੂੰ ਕਾਮਯਾਬ ਕਰਨ ਵਾਲੇ ਕੌਣ ਲੋਕ ਸੀ, ਉਹਨਾਂ 'ਤੇ ਕੋਈ ਕਿੰਤੂ ਨਹੀਂ ਕੀਤਾ ਗਿਆ। ਪਿੱਛੇ ਇੱਕ ਤੁਹਾਨੂੰ ਹੋਰ ਦੱਸ ਦੇਣਾ, ਪਿੱਛੇ ਇੱਕ ਫਿਲਮ ਆਈ ਸੀ ਆਰਟੀਕਲ 15, ਸ਼ਾਇਦ ਉਹਦਾ ਜਿਹੜਾ ਹੀਰੋ ਸੀ ਫਿਲਮ ਦਾ ਕੋਈ ਪੁਰਾਣਾ ਕਰਕੇ ਸੀ, ਤਾਂ ਉਹਨੇ ਉਹ 'ਤੇ ਬੜਾ ਕਿੰਤੂ ਹੋਇਆ। ਉਹ ਫਿਲਮ 'ਚ ਦਿਖਾਇਆ ਗਿਆ ਕਿ ਕਿਵੇਂ ਸਦੀਆਂ ਤੋਂ ਲੈ ਕੇ ਤਕੜੇ ਲੋਕ ਮਾੜੇ ਲੋਕਾਂ ਨਾਲ, ਗਰੀਬ ਲੋਕਾਂ ਨਾਲ ਧੱਕੇਸ਼ਾਹੀਆਂ ਕਰਦੇ ਆਏ ਨੇ, ਜ਼ੁਲਮ ਕਰਦੇ ਆਏ ਨੇ, ਉਹ 'ਤੇ ਬੜਾ ਕਿੰਤੂ ਹੋਇਆ, ਬੜਾ ਵਿਵਾਦ ਖੜਾ ਕੀਤਾ ਕਿ ਫਿਲਮ ਨਹੀਂ ਚੱਲਣ ਦੇਣੀ ਜੀ, ਫਿਲਮ ਬੰਦ ਕਰ ਦਿਆਂਗੇ ਜੀ। ਯਾਰ ਕਮਾਲ ਹੋਈ ਪਈ ਆ, ਬੰਦੇ ਨੂੰ ਬੋਲਣ ਦੀ ਆਜ਼ਾਦੀ ਵੀ ਨਹੀਂ ਹੈਗੀ ਆ, ਬੰਦੇ ਨੂੰ ਤੁਸੀਂ ਨਾਲ ਦੀ ਨਾਲ ਘੇਰਨਾ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਤਾਂ ਜੀ ਇਕੱਠ ਕਰਾਂਗੇ ਜੀ, ਅਸੀਂ ਤਾਂ ਮੁਜ਼ਾਹਰਾ ਕਰਾਂਗੇ, ਧਰਨਾ ਲਾਵਾਂਗੇ, ਇਹਨਾਂ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ, ਮਾਫੀ ਮੰਗਣ। ਦੱਸੋ ਬਈ ਕਿਹੜੀ ਗੱਲ ਉਹ ਬੰਦੇ ਨੇ। ਦੂਜੀ ਗੱਲ ਮੈਂ ਕਰਨੀ ਚਾਹੁੰਦਾ, ਕਈ ਸਿੱਖ ਭਰਾਵਾਂ ਦੇ ਵੀ ਇਸ ਗੱਲ ਦੇ ਉੱਤੇ ਬੜੇ ਔਖੇ ਹੋਏ ਨੇ ਕਿ ਕਕਾਰਾਂ ਦੀ ਗੱਲ ਕੀਤੀ ਗਈ ਜੀ। ਦੂਜਾ ਨੇ ਸ਼ਬਦ ਕਿਹਾ ਕਿ ਜਨੇਊ ਜਾਂ ਗਾਤਰੇ ਜਾਂ ਜਿਹੜਾ ਹੈਗਾ ਆਪਣਾ ਕਰੋਸ ਪਾਉਣ ਦੀ ਕੀ ਲੋੜ ਹੈ, ਕਿ ਜੇ ਤੁਸੀਂ ਵਿਚਾਰਾਂ ਨੂੰ ਨਹੀਂ ਅਪਣਾਉਣਾ। ਉਹਨੇ ਕਕਾਰਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਬਾਣੇ ਨਾ ਪਾਓ, ਕਕਾਰ ਨਾ ਪਾਓ, ਉਹਨੇ ਇਹ ਕਿਹਾ ਕਿ ਬਾਣੇ ਵੀ ਪਾਓ, ਕਕਾਰ ਵੀ ਪਾਓ, ਪਰ ਵਿਚਾਰ ਵੀ ਅਪਣਾਓ।
ਸੋਚ ਅਸੀਂ ਅਪਣਾਉਣੀ ਨਹੀਂ, ਵਿਚਾਰਧਾਰਾ ਅਸੀਂ ਗ੍ਰੰਥਾਂ ਦੀ ਅਪਣਾਉਣੀ ਨਹੀਂ ਹੈਗੀ, ਬਾਣਿਆਂ ਦੇ ਚੱਕਰਾਂ 'ਚ ਅਸੀਂ ਤੁਰੇ ਫਿਰਦੇ ਹਾਂ, ਜਾਂ ਅਸੀਂ ਹੋਰ ਅਡੰਬਰਾਂ ਦੇ ਚੱਕਰਾਂ 'ਚ ਤੁਰੇ ਫਿਰਦੇ ਹਾਂ, ਜਾਂ ਪਖੰਡਾਂ ਦੇ ਚੱਕਰਾਂ 'ਚ ਤੁਰੇ ਅਸੀਂ ਫਿਰਦੇ ਹਾਂ। ਇਹ ਤਾਂ ਗੱਲ ਮੈਨੂੰ ਅੱਜ ਇੱਕ ਤੜਕੀ ਕਿਸੇ ਵੀਰ ਦਾ ਫੋਨ ਆਇਆ ਬਾਹਰਲੇ ਮੁਲਕ ਤੋਂ, ਕਹਿੰਦਾ ਬਾਈ ਯਾਰ ਬਾਬੇ ਨੇ ਆ ਕਕਾਰਾਂ ਵਾਲੀ ਗੱਲ ਬਹੁਤ ਮਾੜੀ ਕੀਤੀ। ਮੈਂ ਬਾਈ ਜੀ ਉਹਨੇ ਕੋਈ ਬੇਅਦਬੀ ਤਾਂ ਕੀਤੀ ਨਹੀਂ ਕਕਾਰਾਂ ਦੀ, ਉਹਨੇ ਕੋਈ ਇਹ ਨਹੀਂ ਕਿਹਾ ਕਕਾਰ ਨਾ ਪਾਓ, ਲਾਹ ਦਿਓ ਬਾਣਾ ਨਾ ਪਾਓ, ਉਹਨੇ ਕਿਹਾ ਵੀ ਕਕਾਰ ਵੀ ਪਾ ਲਓ, ਬਾਣੇ ਤਾਂ ਪਾ ਲਏ ਪਰ ਵਿਚਾਰ ਨਹੀਂ ਅਪਣਾਏ, ਅਮਲ ਨਹੀਂ ਹੋਇਆ ਕੋਈ ਗ੍ਰੰਥਾਂ ਦੇ ਉੱਤੇ। ਸੋ ਯਾਰ ਦੂਜੀ ਗੱਲ ਹੈ, ਇੱਕ ਵੀਰ ਲਿਖਦਾ ਕਹਿੰਦਾ ਤੂੰ ਹਮੇਸ਼ਾ ਹਿੰਦੂ ਧਰਮ ਦੇ ਖਿਲਾਫ ਹੀ ਬੋਲਦਾ। ਨਹੀਂ ਸੁਣਿਆ, ਮੈਂ ਹਿੰਦੂ ਧਰਮ ਦੇ ਖਿਲਾਫ ਨਹੀਂ ਬੋਲਦਾ, ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦਾ, ਮੈਂ ਪਖੰਡ ਦੇ ਖਿਲਾਫ ਬੋਲਦਾ। ਪਿੱਛੇ ਜੇ ਮੈਂ ਜਲੰਧਰ ਗਿਆ ਸੀਗਾ ਤਾਂ ਮੈਂ ਉਦੋਂ ਬੋਲਿਆ ਸੀਗਾ, ਮੈਂ ਕਿਹਾ ਈਸਾਈ ਨੇ ਜਿਹੜੇ ਇੱਕ ਮਰੇ ਹੋਏ ਬੱਚੇ ਨੂੰ ਜਿਉਂਦਾ ਕਰ ਦਿੰਦੇ ਨੇ, ਹੱਥ ਜਾ ਲਾ ਕੇ ਜਿਉਂਦਾ ਕਰ ਦਿੰਦੇ ਨੇ, ਜਾਂ ਕੈਂਸਰ ਵਾਲੀ ਮਰੀਜ਼ਾਂ ਨੂੰ ਹੱਥ ਲਾ ਲਾ ਕੇ ਮੱਥੇ 'ਤੇ ਠੀਕ ਕਰ ਦਿੰਦੇ ਨੇ, ਮੈਂ ਉਦੋਂ ਉਹਨਾਂ ਦੇ ਖਿਲਾਫ ਬੋਲਿਆ ਸੀਗਾ। ਅੱਜ ਵੀ ਮੈਂ ਕਹਿੰਦਾ ਕਿੱਥੇ ਗਏ ਉਹ ਪਖੰਡਧਾਰੀ ਬੰਦੇ ਜਿਹੜੇ ਹੱਥ ਲਾ ਕੇ ਠੀਕ ਕਰਦੇ ਆ ਮਰਿਆ ਹੋਇਆ ਜਵਾਕਾਂ ਨੂੰ ਠੀਕ ਕਰ ਦਿੰਦੇ? ਅੱਜ ਬਹੁਤ ਵੱਡੀ ਮਹਾਂਮਾਰੀ ਫੈਲੀ ਹੋਈ ਆ ਦੁਨੀਆਂ ਦੇ ਵਿੱਚ, ਕਰੋਨਾ ਆ ਜਾਓ ਕਰੋ ਠੀਕ, ਅੱਜ ਕਿਤੇ ਭਾਲੀ ਨਹੀਂ ਥਿਆਉਂਦੇ ਉਹ ਪਖੰਡੀ। ਦੂਜੀ ਗੱਲ, ਮੈਂ ਇਹ ਨਹੀਂ ਕਿ ਮੈਂ ਸਿੱਖ ਧਰਮ ਦੇ ਵਿੱਚੋਂ ਪੈਦਾ ਹੋਇਆ, ਮੈਂ ਈਸਾਈਆਂ 'ਤੇ ਜਿਹੜੇ ਈਸਾਈ ਪਖੰਡ ਕਰਦੇ ਨੇ ਜਾਂ ਹਿੰਦੂ ਧਰਮ 'ਚ ਪਖੰਡ ਹੁੰਦੇ ਨੇ ਮੈਂ ਉਹਦੇ 'ਤੇ ਬੋਲਦਾ, ਮੈਂ ਸਿੱਖ ਧਰਮ ਦੇ ਵਿੱਚ ਵੀ ਜਿਹੜੇ ਪਖੰਡ ਹੁੰਦੇ ਨੇ ਉਹਦੇ 'ਤੇ ਵੀ ਮੈਂ ਬਹੁਤ ਵਾਰੀ ਬੋਲਿਆ, ਮੈਂ ਉਹਦੇ 'ਤੇ ਵੀ ਇਹ ਬਥੇਰਿਆ ਕਿਹਾ ਕਿ ਸੰਪਟ ਪਾਠਾਂ ਦੀ ਗੱਲ ਕਿੰਨੇ ਪਖੰਡ ਨੇ, ਕੋਤਰੀਆਂ ਖੋਲ੍ਹੀ ਰੱਖਦੇ ਉਹ ਵੀ ਕਿੱਡੇ ਵੱਡੇ ਪਖੰਡ ਨੇ, ਪੂਰੇ ਭਾਰਤ ਦੇ ਜਾਂ ਪੂਰੀ ਦੁਨੀਆਂ ਦੇ ਵਿੱਚ ਜਿੰਨੇ ਗੁਰਦੁਆਰੇ ਹੈਗੇ ਨੇ ਉਹਨਾਂ 'ਚ ਪਤਾ ਨਹੀਂ ਕਿੰਨੇ ਕੁ ਕਰੋੜਾਂ ਰੁਪਏ ਦੇ ਰੁਮਾਲੇ ਚੜ੍ਹਾ ਦਿੱਤੇ ਜਾਂਦੇ ਨੇ, ਉਹ ਵੀ ਕਿੱਡਾ ਵੱਡਾ ਪਖੰਡ ਹੈ। ਉਹੀ ਰੁਮਾਲੇ ਮੋੜ ਮੋੜ ਕੇ ਦੁਕਾਨਾਂ ਤੱਕ ਚਲੇ ਜਾਂਦੇ ਨੇ ਜਾਂ ਉਹੀ ਰੁਮਾਲਿਆਂ ਨੂੰ ਕਿਤੇ ਅੱਗ ਲਾ ਕੇ ਮਚਾ ਦਿੱਤਾ ਜਾਂਦਾ, ਉਹਦਾ ਕੀ ਫਾਇਦਾ? ਮੈਂ ਇਹਦੇ ਖਿਲਾਫ਼ ਵੀ ਬਹੁਤ ਬੋਲਿਆ ਸੀ, ਮੈਂ ਕਿਹਾ ਜਿਹੜੇ ਕਰੋੜਾਂ ਰੁਪਈਆਂ ਦੇ ਤੁਸੀਂ ਰੁਮਾਲੇ ਚੜ੍ਹਾ ਦਿੰਦੇ ਹੋ, ਕੱਪੜਾ ਚੜ੍ਹਾ ਦਿੰਦੇ ਹੋ ਗ੍ਰੰਥ ਸਾਹਿਬ ਦੇ ਉੱਤੇ, ਉਹ ਕੱਪੜੇ ਨਾਲ ਕਿਸੇ ਗਰੀਬ ਦਾ ਤਨ ਵੀ ਢੱਕਿਆ ਜਾ ਸਕਦਾ। ਤਾਂ ਇਹ ਨਹੀਂ ਗੱਲ ਹੈਗੀ ਕਿ ਮੈਂ ਕਿਸੇ ਇੱਕ ਦੇ ਮੈਂ ਵੀ ਮੈਂ ਤਾਂ ਜੀ ਇਕੱਲੇ ਹਿੰਦੂਆਂ ਦੇ ਖਿਲਾਫ਼ ਹਾਂ ਜੀ ਜਾਂ ਮੈਂ ਈਸਾਈਆਂ ਦੇ ਖਿਲਾਫ਼ ਹਾਂ, ਨਹੀਂ ਮੈਂ ਨਾ ਹਿੰਦੂਆਂ ਨਾ ਈਸਾਈਆਂ ਦੇ, ਮੈਂ ਪਖੰਡਾਂ ਦੇ ਖਿਲਾਫ਼, ਉਹ ਪਖੰਡ ਸਾਰਿਆਂ 'ਚ ਹੀ ਹੈ। ਅਤੇ ਬਾਕੀ ਇੱਕ ਗੱਲ ਮੈਂ ਬਾਵੇ ਨੂੰ ਕਹਿਣਾ ਚਾਹੁੰਦਾ ਕਿ ਤੈਨੂੰ ਮਤਲਬ ਕਿ ਵਧਾਈ ਹੈ ਇਸ ਗੱਲ ਦੀ ਕਿ ਤੂੰ ਬਹੁਤ ਹੀ ਸੱਚ ਬੋਲਿਆ। ਸੱਚ ਬੋਲਣ ਦਾ ਕਹਿੰਦੇ ਸੱਚ ਬੋਲਣ ਤੋਂ ਭਾਂਬੜ ਮੱਚਦਾ ਹੈ, ਬਿਲਕੁਲ ਸੱਚ ਬੋਲਣਾ ਬੜਾ ਔਖਾ ਹੁੰਦਾ, ਸੱਚ ਹਜ਼ਮ ਨਹੀਂ ਹੁੰਦਾ ਲੋਕਾਂ ਨੂੰ, ਅਤੇ ਤੇਰੇ ਨਾਲ ਖੜਿਆ ਹਿੱਕ ਠੋਕ ਕੇ ਖੜੇ ਹਾਂ, ਡਰਨ ਦੀ ਲੋੜ ਨਹੀਂ। ਸਾਡੇ ਜਿਹੜੇ ਪਰਚੇ 50 ਦਬਾ ਦਿਓ ਲੈ, ਆਹ ਠੋਕ ਕੇ ਬੋਲਿਆ, ਹਿੱਕ ਠੋਕ ਕੇ ਬੋਲੇ ਹਾਂ, ਆ ਪਖੰਡਾਂ ਦੇ ਖਿਲਾਫ਼ ਹਿੱਕ ਠੋਕ ਕੇ ਬੋਲਦੇ ਵੀ ਰਹੇ ਹਾਂ, ਬੋਲਿਆ ਵੀ ਹਾਂ ਅਤੇ ਬੋਲੂੰਗਾ ਵੀ, ਦੁਬਾਰਾ ਜੇ ਇੱਥੇ ਪਰਚੇ ਮੇਰੇ ਖਿਲਾਫ਼ ਦਬਾਉਂਦੇ ਹੋ, ਕਾਹਦਾ ਪਰਚਾ ਇਹ? ਕਮਾਲ ਹੈ ਜੇ ਕੋਈ ਬੰਦਾ ਤਰਕ ਦੀ ਗੱਲ ਕਰਦਾ, ਜੋ ਕੋਈ ਬੰਦਾ ਸਹੀ ਗੱਲ ਕਰਦਾ ਉਹਦੇ ਖਿਲਾਫ਼ ਤੁਸੀਂ ਪਰਚੇ ਦਬਾਉਣ ਤੁਰ ਪੈਂਦੇ ਹੋ। ਸੋ ਮੈਂ ਬਾਵੇ ਨੂੰ ਫਿਰ ਕਹਿਣਾ ਕਿ ਤੈਨੂੰ ਡਰਨ ਦੀ ਲੋੜ ਨਹੀਂ, ਝਿੱਪਣ ਦੀ ਲੋੜ ਨਹੀਂ, ਜੇ ਤੇਰੇ ਖਿਲਾਫ਼ ਕੋਈ ਜ਼ਿਆਦਾ ਇਹ ਲੱਗਦਾ ਕਿ ਕੁਛ ਕਰਨਗੇ ਇਹੋ ਜਿਹੀ ਗੱਲਬਾਤ ਤੇਰੇ ਖਿਲਾਫ਼ ਧਰਨੇ ਮੁਜ਼ਾਹਰੇ ਗੱਲ ਹੀ ਕਰਨਗੇ ਤਾਂ ਅਸੀਂ ਵੀ ਤਿਆਰ ਹਾਂ ਭਰਾ। ਇਹ ਕੋਈ ਯਾਰ ਦਲੀਲ ਹੈ, ਕੋਈ ਇਹ ਗੱਲ ਹੈ ਕਿ ਤੁਸੀਂ ਜਮ੍ਹਾਂ ਹੀ ਬੰਦੇ ਨੂੰ ਇੱਕ ਚਾਹੁੰਦੇ ਹੋ ਕਿ ਜੋ ਅਸੀਂ ਕਹੀਏ ਉਹ ਸੱਚ ਹੈ? ਮੈਂ ਜਿੰਨੀਆਂ ਗੱਲਾਂ ਤੁਹਾਨੂੰ ਕਹੀਆਂ ਨੇ ਤੁਸੀਂ ਇਹ ਗੱਲਾਂ ਮੈਨੂੰ ਸਾਬਤ ਕਰ ਦਿਓ, ਮੈਂ ਤੁਹਾਡਾ ਦੇਣਦਾਰ ਹੋ। ਸੋ ਦੂਜੀ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਪੰਜਾਬ ਵਾਲਿਓ ਜਿਹੜਾ ਬੰਦਾ ਸੱਚ ਬੋਲਦਾ ਉਹਦੇ ਨਾਲ ਖੜਿਆ ਕਰੋ, ਇਕੱਲਾ ਇਹਨਾਂ 'ਚ ਨਹੀਂ, ਟਿੱਪਣੀਆਂ 'ਚ ਨਹੀਂ ਵੀ ਬਹੁਤ ਵਧੀਆ ਚੰਗਾ, ਐਂ ਨਹੀਂ। ਕੋਈ ਉਹ 'ਤੇ ਆਫਤ ਪੈਂਦੀ ਆ, ਭੀੜ ਪੈਂਦੀ ਆ, ਵਿਪਤਾ ਪੈਂਦੀ ਆ, ਉਹਦੇ ਨਾਲ ਖੜਿਆ ਕਰੋ ਜਾ ਕੇ, ਉੱਥੇ ਖੜਿਆ ਕਰੋ ਜਾ ਕੇ ਨਾਲ, ਕਿਉਂਕਿ ਸੱਚ ਬੋਲਣ ਵਾਲੇ ਬਹੁਤ ਥੋੜ੍ਹੇ ਰਹਿ ਗਏ, ਬਹੁਤ ਥੋੜ੍ਹੇ ਰਹਿ ਗਏ ਆ। ਹਰ ਬੰਦਾ ਡਰਦਾ, ਹਰ ਬੰਦੇ ਦੀਆਂ ਆਪਣੀਆਂ ਗਰਜਾਂ ਨੇ, ਆਪਣੇ ਹਿੱਤ ਨੇ, ਅਗਲਾ ਕਹਿੰਦਾ ਮੈਂ ਕੀ ਲੈਣਾ ਯਾਰ ਸੱਚ ਬੋਲ ਕੇ, ਆਪਣੇ 'ਤੇ ਆਹ ਨਾ ਹੋ ਜੇ, ਆਪਣੇ 'ਤੇ ਉਹ ਨਾ ਹੋ ਜੇ। ਪਰ ਇਹ ਜੇ ਨਾ ਬੋਲੋਗੇ ਨਾ ਸੱਚ, ਤਾਂ ਇਹ ਜਿਹੜਾ ਵਰਤਾਰਾ, ਇਹ ਜਿਹੜੀ ਪਖੰਡੀ ਦਾ ਵਰਤਾਰਾ ਜਾਂ ਜ਼ੁਲਮ ਦਾ ਵਰਤਾਰਾ ਜਾਂ ਜੋ ਵੀ ਇਹ ਅਡੰਬਰ ਹੈਗੇ ਰਚੇ ਜਾ ਰਹੇ ਨੇ, ਇਹਨਾਂ ਨੇ ਵਧਣਾ, ਘਟਣਾ ਨਹੀਂ ਹੈਗਾ। ਕਿਉਂਕਿ ਹਰ ਬੰਦੇ ਨੂੰ ਸੋਚ ਆ ਮੈਂ ਕੀ ਲੈਣਾ, ਮੈਂ ਕੀ ਲੈਣਾ, ਆਪਾਂ ਨੂੰ ਕੀ ਲੋੜ ਹੈ, ਮੈਂ ਮੂਹਰੇ ਕਿਉਂ ਆਵਾਂ, ਮੈਂ ਨਾ ਫਸ ਜਾਂ, ਮੇਰੇ 'ਤੇ ਨਾ ਪਰਚਾ ਦਰਜ ਹੋ ਜੇ। ਪਤਾ ਸਾਰਿਆਂ ਨੂੰ ਹੈ, ਪਤਾ ਸਭ ਨੂੰ ਹੈਗਾ। ਅੱਜ ਮੈਂ ਮੇਰੇ ਹੁਣ ਹਿੰਦੂ ਭਰਾ ਵੀ ਮੇਰੇ ਬਹੁਤ ਮਿੱਤਰ ਨੇ, ਮੈਂ ਬਠਿੰਡੇ ਅੱਜ ਇੱਕ ਦੋ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਤੁਸੀਂ ਤੁਹਾਡੇ ਰਿਸ਼ਤੇਦਾਰ ਵੀ ਹਿੰਦੂ ਨੇ, ਤੁਹਾਡਾ ਆਲੇ ਦੁਆਲੇ ਦੋਸਤ ਮਿੱਤਰ ਵੀ ਹਿੰਦੂ ਨੇ, ਤੁਸੀਂ ਬੈਠਦੇ ਹੋ ਉਹਨਾਂ ਦੇ ਵਿੱਚ, ਕੀ ਜਿਹੜੀ ਗਾਂ ਦੇ ਮੂਤ ਵਾਲੀ ਗੱਲ ਸਹੀ ਹੈ, ਤੁਸੀਂ ਮੰਨਦੇ ਹੋ ਇਹ ਗੱਲ ਨੂੰ? ਉਹ ਕਹਿੰਦੇ ਬਾਈ ਜੀ 1000 ਦੇ ਮਗਰ ਕੋਈ ਇੱਕ ਅੱਧਾ ਬੰਦਾ ਇਹੋ ਜਿਹਾ ਹੋਣਾ ਕਮਲਾ ਜਿਹੜਾ ਇਹ ਗੱਲ ਮੰਨ ਜੇ,
कि हाँ जी गां का मूत पीना चाहिए तो गां का गोहा खाना चाहिए ज लेप करना चाहिए। कहिंदा नहीं नहीं साढ़े बंदे गल समझते ने अंदरों अंदर, पर लोग लज्जा रख लो, समाज नूं देख के रख लो, देखो देखी रख लो। हाँ इत्थे एक इन्हां दी एक वड्डी नेता बीजेपी की, वो पहला ही ड्रामा रची गई कि मेरा तो जी कैंसर का इलाज आ जिहड़ा वो अपना होया गा गां दे मूत पीण नाल होया, पर जदों वो अपना आया डॉक्टर ने खुलासे किए सामने कि असी इला असी किया इलाज, उदों वो गल तो फिर गई। लोगों इन्होंने हथ ने पीनिया होंदिया ने अपनिया शराबा चंगिया महंगे ब्रांड, चंगे कुक्कड़ खाने होंगे, चंगे बकरे खाने होंगे है, लोगों यह कही लोगों लाई फिरते कि जी तुम मूत पी लो जी, तुम गोहा का लेप कर लो जी। सो मैं चाहे वह हिंदू धर्म है, चाहे वह सिख धर्म है, चाहे वह ईसाई धर्म है, सारे धर्मों के लोगों को यह कहना चाहना कि यार इन चीज़ों का सानू विरोध करना चाहिए। ये ना सोचा करके कि असी अज तो जी फलाने धर्म वाले हैं, असी यदा क्यों असी अपने धर्म के खिलाफ क्यों बोल गए जी। नहीं, जे किसी भी धर्म के कोई भी सानू लगता कि यह पखंड हों, मेरी कहना दरबार साहब भी इस गल के उत्तों बहस बसाई हो गई सी, असी मत्था टेकन गए सी तो उत्थे जिहड़ा दुध दे नाल फर्श धोंदे है तो मेरी उत्थे खालसा खड़ा सी, उहदे नाल भी इस गलों बहस हो गई सी कि मैं यार ये क्यों करदे हो, तो उह कहिंदा बई जी मेरे नाल ना गल कर, ये गल श्रोमणी कमेटी के प्रधान नाल गल कर ला जां अकाल तख्त साहब जथेदार नाल गल कर, मैनू नहीं पता। पर मैं उहनूं पुछिआ मैं कि ये तेरी नज़र सही है, कहिंदा नहीं सही तां मैनूं भी नहीं लगता। ये किते भी ये नहीं है कि असी एक दी सानूं कोई खास किसी धर्म नाल साडा कोई बैर विरोध, तो समझते हैं कि सारे धर्म बराबरता की गल करते, सारे धर्म इंसानियत की गल करते, धर्म कोई भी जात पात की गल नहीं करता, कोई वितकरे की गल नहीं करता। पर बना इन लोगों ने आज ठेकेदार ने यह बना लिया गल् भी इस तरह आह अपन दुकानदारियां चलाने लिए इन्होंने आह सारा डंबर रच ले ने, पर जोड़ते ने धर्म को क्योंकि धर्म की आड़ के दूजे लोगों दिया लोगों नाल जोड़ दिया जाता भी देखो जी आ फलाना बंदा उठ के अपने धर्म के खिलाफ बोलता जी, आ फलाना बोलता जी। सो मैं अखीर दे उत्ते फिर बाबे नूं कहना बाबिया तेरे नाल अद्धी रात नूं आवाज़ मारी तेरे नाल खड़ा, ऐ नहीं नाले कल्ले ये बोलता तो खड़ गए, नहीं जिवें भी करना पिया तेरे नाल खड़ा गे, पिछे ना हटी, सच बोलिया तो खड़ा रही अडोर रही, कोई गल नहीं बथेरिया सच बोलने वाले मुश्किल आदि सच में हमेशा कहने होंगे काल कोठड़िया फांसियां लगियां ने, पर सच बोलने वाले दुनिया के जाते रहते हैं। पंजाबियों को अपील करता कि डट के बाबे का साथ दो, बाबे ने कोई गलत गल नहीं बोली, कोई गलत किसी धर्म के उत्ते उन्हें कोई ऐसा माड़ा किंतु परंतु नहीं किया। वाहेगुरु जी का खालसा वाहेगुरु जी की फतह। सिख धर्म की हर गतिविधि गुरबाणी वास्ते हुणे सबसक्राइब करो गुरबाणी अखंड बाणी, नोटिफिकेशन वास्ते बैल नूं रिंग करो।